This is a Red FM Vancouver podcast. Make sure you hit subscribe for more great content. For further info, log on to redfm.ca. Dr. Kulvinder Kaur Gill ji, Ontario, the doctors, the president, ne, othe hazaran doctoran di ik jathebandi hai, concerned Ontario doctors. Unhone samay samay sir aake jehdi asli gall hai, sachai hai, us nu samne rakhya hai. ਚਿਕਨੀਆਂ ਚੋਪੜੀਆਂ ਗੱਲਾਂ 'ਚ ਉਹ ਵਿਸ਼ਵਾਸ ਨਹੀਂ ਕਰਦੇ ਜਿਹੜੇ ਹਾਰਡ ਫੈਕਟਸ ਨੇ ਤੱਥ ਨੇ ਉਹਨਾਂ ਨੇ ਕਈ ਵਾਰੀ ਦੱਸੇ ਨੇ ਇਹ ਪਹਿਲੀ ਵਾਰੀ ਸੀ ਕਿ ਸਾਡੇ ਸੁਣਨ ਵਾਲਿਆਂ ਨੂੰ ਔਰ ਬਹੁਤ ਸਾਰੇ ਹੋਰ ਲੋਕਾਂ ਨੂੰ ਇਹ ਪਤਾ ਲੱਗਾ ਕਿ ਵਰਲਡ ਹੈਲਥ ਔਰਗਨਾਈਜੇਸ਼ਨ ਇੱਕ ਸਿਆਸੀ ਜਥੇਬੰਦੀ ਹੈ ਇਹ ਕੋਈ ਮੈਡੀਕਲ ਔਰਗਨਾਈਜੇਸ਼ਨ ਨਹੀਂ ਹੈ ਭਾਵੇਂ ਇਸ ਦਾ ਨਾਂ ਵਰਲਡ ਹੈਲਥ ਔਰਗਨਾਈਜੇਸ਼ਨ ਹੈ ਉਸ ਦੇ ਵਿੱਚ ਪੋਲੀਟਿਕਸ ਕਿਵੇਂ ਚੱਲਦੀ ਹੈ ਫਿਰ ਸਭ ਦੇ ਸਾਹਮਣੇ ਭਾਂਡਾ ਭੰਨਿਆ ਗਿਆ ਚੀਨ ਨੇ ਕੁਛ ਕਹਿਣਾ ਸ਼ੁਰੂ ਕਰ ਦਿੱਤਾ ਉੱਧਰ ਦੂਸਰੇ ਪਾਸੇ ਖਿੱਚੋਤਾਣ ਦੇ ਵਿੱਚ ਯੂਨਾਈਟਿਡ ਸਟੇਟਸ ਨੇ ਉਹਨਾਂ ਦੀ ਫੰਡਿੰਗ ਬੰਦ ਕਰ ਦਿੱਤੀ ਹੁਣ ਜਿਹੜੀ ਵੱਡੀ ਗੱਲਬਾਤ ਚੱਲ ਰਹੀ ਸੀ ਇਸ ਵਰਲਡ ਹੈਲਥ ਔਰਗਨਾਈਜੇਸ਼ਨ ਦੀ ਉਹ ਮੈਨਾ ਮਾਨੂ ਵਾਲਾ ਰਵੱਈਆ ਅਖਤਿਆਰ ਕਰ ਰਹੇ ਸਨ ਕਿ ਕਰੋਨਾ ਵਾਇਰਸ 6 ਫੁੱਟ ਦੇ ਮੈਜੀਕਲ ਡਿਸਟੈਂਸ ਤੋਂ ਪਹਿਲਾਂ ਡਿੱਗ ਪੈਂਦਾ ਹੈ ਇਹ ਡਰੋਪਲੈਟਸ ਰਾਹੀਂ ਹੀ ਫੈਲਦਾ ਹੈ ਜਦਕਿ ਬਾਕੀ ਦੁਨੀਆ ਦੇ ਡਾਕਟਰ ਇਹ ਕਹਿ ਰਹੇ ਸਨ ਕਿ ਇਹ ਕਰੋਨਾ ਵਾਇਰਸ ਹਵਾ 'ਚ ਉੱਡਦਾ ਹੈ ਹੁਣ ਅੱਜ ਫਾਈਨਲੀ ਉਹਨਾਂ ਨੇ ਇਹ ਐਕਸੈਪਟ ਵੀ ਕਰ ਲਿਆ ਹੋਰ ਵੀ ਗੱਲਾਂ ਬਾਤਾਂ ਹੋਣਗੀਆਂ ਡਾਕਟਰ ਕੁਲਵਿੰਦਰ ਕੌਰ ਗਿੱਲ ਮੇਰੇ ਨਾਲ ਨੇ ਡਾਕਟਰ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਡਾਕਟਰ ਗਿੱਲ ਥੈਂਕ ਯੂ ਵੈਰੀ ਮੱਚ ਸਾਨੂੰ ਪਹਿਲਾਂ ਤਾਂ ਇਹ ਦੱਸੋ ਵੀ ਵਰਲਡ ਹੈਲਥ ਔਰਗਨਾਈਜੇਸ਼ਨ ਦਾ ਜਿਹੜਾ ਫਿਆਸਕੋ ਸੀ ਉਹ ਖਤਮ ਨਹੀਂ ਹੋ ਰਿਹਾ ਇਸ ਦੇ ਬਾਰੇ ਹੁਣ ਲੇਟੈਸਟ ਕੀ ਆ ਹੁਣ ਉਹ ਇਹ ਵੀ ਮੰਨਣ ਲੱਗ ਪਏ ਆ ਕਿ ਯੈਸ ਕਰੋਨਾ ਵਾਇਰਸ ਉੱਡ ਸਕਦਾ ਹੈ ਇਹ ਵੀ ਗੱਲ ਪੂਰੀ ਸੱਚਾਈ ਨਹੀਂ ਹੈਗੀ ਕਾਫੀ ਹੁਣ ਪਹਿਲਾਂ ਜਦੋਂ ਕੋਵਿਡ-19 ਸ਼ੁਰੂ ਹੋਇਆ ਸੀ ਲੋਕਡਾਊਨ ਸ਼ੁਰੂ ਹੋਇਆ ਸੀਗਾ ਮਕਸਦ ਇਹ ਸੀਗਾ ਉਹ ਵੀ ਆਪਾਂ ਫਲੈਟਨ ਕਰਵ ਕਰੀਏ ਫਲੈਟਨ ਕਰਵ ਨੂੰ ਹੋਏ ਨੂੰ ਕਈ ਮਹੀਨੇ ਹੋ ਗਏ ਉਹ ਤੇ ਹਾਲੇ ਆਪਾਂ ਕੰਟਰੀ ਨੂੰ ਪੂਰਾ ਖੋਲਿਆ ਨਹੀਂ ਹੈਗਾ ਹਾਲੇ ਸੋਸ਼ਲ ਡਿਸਟੈਂਸਿੰਗ ਹੁਣ ਕਈ ਜੁਰਿਸਡਿਕਸ਼ਨ ਕੈਨੇਡਾ ਦੇ ਵਿੱਚ ਹੁਣ ਮੈਂਡੇਟੋਰੀ ਮਾਸਕ ਵੀ ਹੈਗੇ ਨੇ ਉਹ ਤੇ ਆਪਾਂ ਗਲਤ ਰਸਤੇ ਤੇ ਜਾਂਦੇ ਹਾਂ ਕਿਉਂਕਿ ਕਾਫੀ ਮੀਡੀਆ ਦੇ ਥਾਂ ਫੀਅਰ ਮੌਂਗਰਿੰਗ ਹੁੰਦੀ ਹੈਗੀ ਡਰਾਉਣਾ ਹੁੰਦਾ ਹੈਗਾ ਪੋਲੀਟੀਸ਼ੀਅਨ ਦਾ ਮੀਡੀਆ ਦੇ ਥਰੂ ਤੇ ਕਾਫੀ ਫੀਅਰ ਹੁਣ ਫੈਲੀ ਹੋਈ ਆ ਕੈਨੇਡੀਅਨਸ ਦੇ ਵਿੱਚ ਇਹ ਵਾਇਰਸ ਦੇ ਕਾਰਨ ਪਰ ਜਦੋਂ ਤੁਸੀਂ ਦੇਖੋ ਐਕਚੁਅਲ ਨੰਬਰਸ ਆਪਣੇ ਹੋਸਪਿਟਲਾਈਜੇਸ਼ਨ ਰੇਟ ਰੈਕਰਡ ਲੋਅ ਤੇ ਹੈਗੇ ਨੇ ਆਪਣੇ ਆਈ ਸੀ ਯੂ ਰੇਟ ਰੈਕਰਡ ਲੋਅ ਤੇ ਹੈਗੇ ਨੇ ਉਹ ਤੇ ਕਈ ਜੁਰਿਸਡਿਕਸ਼ਨ ਕੈਨੇਡਾ ਦੇ ਵਿੱਚ ਉਹਨਾਂ ਕੋਲ ਜ਼ੀਰੋ ਕੇਸਿਸ ਜਾਂ ਜ਼ੀਰੋ ਡੈਥ ਕਈ ਹਫ਼ਤੇ ਹੋ ਗਏ ਓਨਟੇਰੀਓ ਦੇ ਵਿੱਚ ਵੀ ਹੁਣ ਜ਼ੀਰੋ ਡੈਥ ਤੇ ਆ ਚੁੱਕੇ ਹੈਗੇ ਹਾਂ ਸੋ ਆਪਾਂ ਸਿਰਫ ਕਰਵ ਨੂੰ ਫਲੈਟਨ ਨਹੀਂ ਕੀਤਾ ਹੈਗਾ ਆਪਾਂ ਐਕਚੁਅਲੀ ਕਰਵ ਨੂੰ ਕਰਸ਼ ਕਰਤਾ ਹੈਗਾ ਸੋ ਪੈਂਡੈਮਿਕ ਦੇ ਡੈਫੀਨੇਸ਼ਨ ਦੇ ਮੁਤਾਬਿਕ ਆਪਾਂ ਉਸ ਪੈਂਡੈਮਿਕ ਦੇ ਵਿੱਚ ਹੁਣ ਹੈ ਨਹੀਂ ਕੈਨੇਡਾ ਦੇ ਵਿੱਚ ਪਰ ਹਾਲੇ ਇਹ ਸਾਰੇ ਰਿਸਟ੍ਰਿਕਸ਼ਨਸ ਹੈਗੇ ਨੇ ਅੱਛਾ ਡਾਕਟਰ ਸਾਨੂੰ ਇਹ ਦੱਸੋ ਵੀ ਜਿਹੜੀ ਇਵੈਲਿਊਏਸ਼ਨ ਹੈ ਉਹ ਕਿਵੇਂ ਕੀਤੀ ਜਾਂਦੀ ਹੈ ਕੀ ਸਾਡੇ ਕੋਲ ਓਨੈਸਟ ਇਵੈਲਿਊਏਸ਼ਨ ਹੈਗੀ ਹੈ WHO ਨੇ ਜਿਹੜੀ ਇਵੈਲਿਊਏਸ਼ਨ ਕੀਤੀ ਸੀ ਕਿ ਦੁਨੀਆ ਨੇ ਕੋਵਿਡ-19 ਨੂੰ ਕਿਵੇਂ ਹੈਂਡਲ ਕੀਤਾ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਆ ਇਹ ਜਿਹੜੀ ਇਵੈਲਿਊਏਸ਼ਨ ਤੁਸੀਂ ਵੀ ਦੱਸ ਰਹੇ ਹੋ ਇਹ WHO ਦੀ ਇਵੈਲਿਊਏਸ਼ਨ ਇਹ WHO ਦੀ ਇਵੈਲੂਏਸ਼ਨ ਨਾਲੇ ਪੋਲੀਟਿਕਸ ਵੀ ਆ ਚੁੱਕਿਆ ਹੈਗਾ ਹੁਣ ਤੁਸੀਂ ਦੇਖੋ ਕੈਨੇਡਾ ਦੇ ਵਿੱਚ ਆਪਣਾ ਪਾਰਲੀਮੈਂਟ ਸ਼ਟਡਾਊਨ ਹੋ ਗਿਆ ਹੈਗਾ ਓਨਟੇਰੀਓ ਦੇ ਵਿੱਚ ਹੁਣ ਉਹਨਾਂ ਨੇ ਡਰਕੇਨੀਅਨ ਬਿੱਲ ਟੇਬਲ ਕੀਤਾ ਹੈਗਾ ਗਵਰਨਮੈਂਟ ਨੂੰ ਐਮਰਜੈਂਸੀ ਪਾਵਰ ਦੇਣ ਨੂੰ ਆਲਮੋਸਟ ਅਪ ਟੂ 2 ਈਅਰਸ ਸੋ ਪੋਲੀਟੀਸ਼ੀਅਨਸ ਹੁਣ ਇਹ ਪੈਂਡੈਮਿਕ ਜਿਹੜਾ ਸੀਗਾ ਉਹਨੂੰ ਲੈ ਕੇ ਮੋਨੋਪੋਲਾਈਜ਼ ਕਰਦੇ ਹੈਗੇ ਨੇ ਪੋਲੀਟੀਕਲ ਪਾਵਰ ਨੂੰ ਸੋ ਆਪਣੀ ਜਿਹੜੀ ਇੰਸਟੀਟਿਊਸ਼ਨ ਸੀਗੇ ਡੈਮੋਕ੍ਰੇਸੀ ਦੇ ਉਹ ਐਕਚੁਅਲੀ ਸਰਕਮਵੈਂਟ ਹੁੰਦੇ ਜਾਂਦੇ ਨੇ ਤੇ ਜਿਹੜਾ ਵਾਇਰਸ ਦਾ ਐਕਚੁਅਲ ਹੈਗਾ ਉਹ ਏਅਰਬੋਰਨ ਦਾ ਜੇ 200 ਸਾਇੰਟਿਸਟਾਂ ਨੇ ਚਿੱਠੀ ਲਿਖੀ ਸੀ ਵਰਲਡ ਹੈਲਥ ਔਰਗਨਾਈਜੇਸ਼ਨ ਨੂੰ ਕਹਿਣ ਨੂੰ ਵੀ ਏਅਰਬੋਰਨ ਹੈਗਾ ਉਹਨਾਂ ਦਾ ਮਕਸਦ ਇਹ ਸੀਗਾ ਉਹਨਾਂ ਨੇ ਮੈਂਡੇਟੋਰੀ ਮਾਸਕਿੰਗ ਸਟੇਟਮੈਂਟ ਲੈਣੀ ਸੀਗੀ ਵਰਲਡ ਹੈਲਥ ਔਰਗਨਾਈਜੇਸ਼ਨ ਤੋਂ ਇਹ ਵਾਇਰਸ ਦਾ ਐਕਚੁਅਲੀ ਜਦੋਂ ਤੁਸੀਂ ਏਅਰਬੋਰਨ ਦੀ ਡੈਫੀਨੇਸ਼ਨ ਹੈਗੀ ਆ ਏਅਰਬੋਰਨ ਟ੍ਰਾਂਸਮਿਸ਼ਨ ਦਾ ਸਿਰਫ ਇਹ ਨਹੀਂ ਮਤਲਬ ਹੈਗਾ ਕਿ ਵਾਇਰਸ ਪਾਰਟੀਕਲ ਏਅਰਸਲਾਈਜ਼ ਹੋ ਜਾਂਦੇ ਨੇ ਛੋਟੀ ਦੇਰ ਲਈ ਹਵਾ ਦੇ ਵਿੱਚ ਉਹਨਾਂ ਦਾ ਇਹ ਮਤਲਬ ਹੁੰਦਾ ਵੀ ਉਹ ਸਮਾਲ ਤੇ ਲਾਈਟ ਹੈਗੇ ਨੇ ਸਸਪੈਂਡਡ ਹੁੰਦੇ ਨੇ ਹਵਾ ਦੇ ਵਿੱਚ ਕਈ ਘੰਟੇ ਲਈ
ਜਿਹਦਾ ਮੀਜ਼ਲਸ ਹੋਏ ਉਹ ਪ੍ਰਾਈਮ ਐਗਜ਼ਾਮਪਲ ਹੈਗੀ ਹੈ 에ਅਰਬੋਰਨ ਇਲਨੈਸ ਦੀ ਸੋ 에ਅਰਬੋਰਨ ਡਿਸਟੈਂਸ ਨਾਲ ਤਾਲੁਕ ਨਹੀਂ ਰੱਖਦਾ ਕੁਝ ਸਮਾਂ ਜਿਹੜਾ ਹਵਾ 'ਚ ਲਟਕਣ ਨਾਲ ਤਾਲੁਕ ਰੱਖਦਾ ਹਾਂਜੀ ਉਹਨਾਂ ਨੂੰ ਉਹ ਵਾਇਰਸ ਜੇ 에ਅਰਬੋਰਨ ਟ੍ਰਾਂਸਮਿਸ਼ਨ ਦੀ ਸਹੀ ਡੈਫੀਨੇਸ਼ਨ ਇਹ ਹੈਗੀ ਆ ਵੀ ਉਹ ਕਈ ਘੰਟੇ ਹਵਾ ਦੇ ਵਿੱਚ ਸਸਪੈਂਡਡ ਰਹਿੰਦੇ ਤੇ ਟਾਈਨੀ ਸਮਾਲ ਅਨਫ ਹੈਗੇ ਨੇ ਪਾਰਟੀਕਲ ਸਸਪੈਂਡਡ ਹਵਾ ਦੇ ਵਿੱਚ ਕਈ ਕਈ ਘੰਟੇ ਲਈ ਜਿਹਦਾ ਮੀਜ਼ਲਸ ਹੁੰਦਾ ਹੈਗਾ ਪਰ ਪਹਿਲਾਂ ਤਾਂ ਇਹ ਕਹਿੰਦੇ ਸੀ ਵੀ ਇਹ ਡ੍ਰੌਪਲੈਟਸ ਨੇ ਹਾਂਜੀ ਇਹ 에ਅਰਬੋਰਨ ਟ੍ਰਾਂਸਮਿਸ਼ਨ ਦੀ ਸਹੀ ਡੈਫੀਨੇਸ਼ਨ ਨਹੀਂ ਹੈਗੀ ਓਕੇ ਸੋ ਇਹ ਜਿਹੜੀ ਕੋਵਿਡ 19 ਵਾਇਰਸ ਹੈਗੀ ਹੈ ਇਹ ਡ੍ਰੌਪਲੈਟ ਟ੍ਰਾਂਸਮਿਸ਼ਨ ਦੇ ਨਾਲ ਹੁੰਦਾ ਹੈਗਾ ਓਕੇ ਜਿੱਦਾਂ ਬਾਕੀ ਦੀ ਰੈਸਪਾਇਰੇਟਰੀ ਵਾਇਰਸਿਸ ਹੁੰਦੀਆਂ ਹੈਗੀਆਂ ਡ੍ਰੌਪਲੈਟ ਹੈਗੀਆਂ ਨੇ ਟ੍ਰਾਂਸਮਿਸ਼ਨ ਜੇ ਉਹ ਡ੍ਰੌਪਲੈਟ ਥੋੜ੍ਹੀ ਜਿਹੀ ਦੇਰ ਲਈ ਸਸਪੈਂਡਡ ਹੋ ਜਾਣ ਹਵਾ ਨਾਲ ਅਤੇ 에ਅਰ ਕਰੰਟ ਦੇ ਨਾਲ ਸਰਕੂਲੇਸ਼ਨ ਹੋ ਜਾਵੇ ਉਹ ਜੇ ਉਹਨੂੰ ਲੇਬਲ ਕਰੀ ਜਾਣ 에ਅਰਬੋਰਨ ਟ੍ਰਾਂਸਮਿਸ਼ਨ ਉਹ ਸਹੀ ਨਹੀਂ ਹੈਗਾ ਉਹ ਗਲਤ ਡੈਫੀਨੇਸ਼ਨ ਨੂੰ ਚੁਣਦੇ ਹੈਗੇ ਨੇ ਉਹਨੂੰ ਫਿਰ ਉਹ ਤੇ ਉਹ ਕਾਹਤੇ ਚੁਣਦੇ ਨੇ ਹੁਣ ਚੇਂਜ ਕਰਨ ਨੂੰ ਉਸ 7 ਮਹੀਨੇ ਬਾਅਦ ਚ ਉਹ ਜਦੋਂ ਆਪਣੇ ਕੇਸ ਕਾਊਂਟ ਆਉਂਦੇ ਲੋ ਹੋ ਗਏ ਨੇ ਤੇ ਆਪਾਂ ਨੂੰ ਐਕਚੁਲੀ ਰਿਟਰਨ ਚਾਹੀਦਾ ਨੋਰਮਲ ਨੂੰ ਕਿਉਂਕਿ ਇਹ ਸਾਰਾ ਕੁਛ ਐਕਸਟੈਂਡ ਕਰਦਾ ਜਿਹੜੀ ਫੀਅਰ ਮਾਂਗਰਿੰਗ ਇਹਨਾਂ ਦੀ ਕੈਂਪੇਨ ਹੈਗੀ ਆ ਹੁਣ 7 ਮਹੀਨੇ ਬਾਅਦ ਉਹਨਾਂ ਨੇ ਐਡਮਿਟ ਕੀਤੀ ਹੈ ਇਹ ਗੱਲ ਪਹਿਲਾਂ ਹੁਣ ਤੱਕ ਤਾਂ ਦੂਸਰਾ ਪ੍ਰਚਾਰ ਚੱਲਦਾ ਰਿਹਾ ਹੁਣ ਇਹਦਾ ਕੀ ਇੰਪੈਕਟ ਪਏਗਾ ਹਾਂਜੀ ਮੈਨੂੰ ਲੱਗਦਾ ਵੀ ਇਹ ਹੁਣ ਇਹ ਜਿਹੜਾ ਗਲਤ ਡੈਫੀਨੇਸ਼ਨ ਪਾਇਆ ਗਿਆ ਹੈਗਾ ਹੁਣ ਉਹ ਕੋਸ਼ਿਸ਼ ਕਰਨਗੇ ਹੁਣ ਮੈਂਡੇਟਰੀ ਮਾਸਕਿੰਗ ਤੇ ਹੋਰ ਰੈਸਟ੍ਰਿਕਸ਼ਨਸ ਪਾਉਣ ਦੀ ਉਹ ਮੇਰਾ ਡਰ ਹੈਗਾ ਵੀ ਉਹ ਕਰਨਗੇ ਕਿਉਂਕਿ ਇਹ ਕੋਈ ਐਵੀਡੈਂਸ ਨਹੀਂ ਹੈਗਾ ਵੀ ਇਹ 에ਅਰਬੋਰਨ ਟ੍ਰਾਂਸਮਿਸ਼ਨ ਹੈਗਾ ਸਾਰਾ ਕੁਛ ਡ੍ਰੌਪਲੈਟ ਟ੍ਰਾਂਸਮਿਸ਼ਨ ਤੇ ਹੁੰਦਾ ਹੈਗਾ ਤੇ ਕਾਫੀ ਐਵੀਡੈਂਸ ਹੁਣ ਪਬਲਿਸ਼ ਹੋ ਚੁੱਕਾ ਹੈਗਾ ਸਾਇੰਸ ਦੇ ਵਿੱਚ ਪਿਛਲੇ ਹਫ਼ਤੇ ਦੇ ਵਿੱਚ 2 ਹੋਰ ਸਟੱਡੀ ਆ ਗਈਆਂ ਸੀਗੀਆਂ ਇੱਕ ਜਰਮਨੀ ਤੋਂ ਦੂਸਰੀ ਸਵੀਡਨ ਜਿਹੜਾ ਕਨਫਰਮ ਕਰਦੇ ਆ ਜਿਹੜੀ ਪਹਿਲੀ ਸਟੱਡੀ ਪਬਲਿਸ਼ ਹੋਈ ਸੀਗੀ ਮੇ ਦੇ ਵਿੱਚ ਉਹ ਯੂਨਾਈਟਿਡ ਸਟੇਟਸ ਦੇ ਵਿੱਚ ਤੇ ਉਹਦਾ ਹੈਗਾ ਵੀ ਆਪਣੇ ਕੋਲ ਆਲਰੇਡੀ ਕ੍ਰਾਸ ਪ੍ਰੋਟੈਕਟਿਵ ਪ੍ਰੀ ਐਗਜ਼ਿਸਟਿੰਗ ਇਮਿਊਨਿਟੀ ਹੈਗੀ ਆ ਇਹ ਵਾਇਰਸ ਨੂੰ ਉਹਦਾ ਮਤਲਬ ਇਹ ਹੈਗਾ ਜਿਹੜੀ ਪਹਿਲਾਂ ਸਾਰਸ ਜਾਂ ਮਰਸ ਜਾਂ ਕਾਮਨ ਕੋਲਡ ਕਰੋਨਾ ਵਾਇਰਸ ਦੀ ਐਕਸਪੋਜ਼ਰ ਹੋ ਚੁੱਕੀ ਹੈਗੀ ਆ ਕਨੇਡੀਅਨ ਸੀ ਅਤੇ ਬਾਕੀ ਦੀ ਜਿਹੜੀ ਸਾਰੇ ਵਰਲਡ ਦੇ ਵਿੱਚ ਹੈਗੇ ਨੇ ਉਹਦੇ ਨਾਲ ਆਪਣੀ ਟੀ ਸੈਲ ਇਮਿਊਨਿਟੀ ਆਲਰੇਡੀ ਬਣੀ ਹੋਈ ਹੈਗੀ ਆ ਉਹ ਤੇ ਉਹਦੇ ਨਾਲ ਆਪਾਂ ਨੂੰ ਕ੍ਰਾਸ ਪ੍ਰੋਟੈਕਸ਼ਨ ਹੁੰਦਾ ਹੈਗਾ ਕੋਵਿਡ 19 ਵਾਇਰਸ ਨੂੰ ਤਾਂ ਹੀ ਜਿਹੜਾ ਮਜੋਰਟੀ ਪਾਪੂਲੇਸ਼ਨ ਹੁੰਦੀ ਹੈਗੀ ਆ ਵਾਇਰਸ ਉਹਨਾਂ ਕੋਲ ਵੈਰੀ ਮਾਈਲਡ ਸਿਮਟਮਸ ਹੁੰਦੇ ਨੇ ਉਹ ਜਾਂ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਉਹਨਾਂ ਕੋਲ ਈਵਨ ਵਾਇਰਸ ਸੀਗੀ ਕਿਉਂਕਿ ਉਹਨਾਂ ਕੋਲ ਪਹਿਲਾਂ ਪ੍ਰੀ ਐਗਜ਼ਿਸਟਿੰਗ ਕ੍ਰਾਸ ਪ੍ਰੋਟੈਕਟਿਵ ਇਮਿਊਨਿਟੀ ਹੈਗੀ ਆ ਤੇ ਉਹ ਤਾਂ ਇਹ ਸਟੱਡੀਆਂ ਤੋਂ ਇਹ ਵੀ ਪਤਾ ਲੱਗਿਆ ਹੈਗਾ ਵੀ ਹੁਣ ਵਰਲਡ ਹੈਲਥ ਔਰਗਨਾਈਜੇਸ਼ਨ ਡਰਾਉਣ ਦੀ ਕੋਸ਼ਿਸ਼ ਕਰਦੀ ਹੈਗੀ ਆ ਕੈਨੇਡਾ ਦੀ ਗਵਰਨਮੈਂਟ ਵੀ ਡਰਾਉਣ ਦੀ ਕੋਸ਼ਿਸ਼ ਕਰਦੀ ਹੈਗੀ ਆ ਵੀ ਐਂਟੀਬਾਡੀ ਟੈਸਟ ਜਦੋਂ ਕਰਦੇ ਹੈਗੇ ਆ ਸਿਰਫ 5 ਜਾਂ 10% ਪਾਪੂਲੇਸ਼ਨ ਤੇ ਐਂਟੀਬਾਡੀ ਟੈਸਟ ਪਾਜ਼ਿਟਿਵ ਆਉਂਦਾ ਹੈਗਾ ਉਹ ਫਿਰ ਕਹਿਣ ਦੀ ਕੋਸ਼ਿਸ਼ ਕਰਦੇ ਨੇ ਵੀ ਸਿਰਫ 5 ਜਾਂ 10% ਪਾਪੂਲੇਸ਼ਨ ਕੋਲ ਵਾਇਰਸ ਸੀਗੀ ਤੇ ਉਹ ਹੁਣ ਹੋ ਗਏ ਰਿਕਵਰਡ ਮਤਲਬ ਵੀ ਮਜੋਰਟੀ ਪਾਪੂਲੇਸ਼ਨ ਕੋਲ ਇਮਿਊਨਿਟੀ ਨਹੀਂ ਹੈਗੀ ਇਹ ਗਲਤ ਹੈਗਾ ਕਿਉਂਕਿ ਆਪਣੀ ਇਮਿਊਨ ਸਿਸਟਮ ਦੇ 2 ਮੇਜਰ ਆਰਮ ਹੈਗੇ ਨੇ ਇੱਕ ਹੈਗੀ ਆ ਬੀ ਸੈਲ ਜਿਹਦੇ ਨਾਲ ਐਂਟੀਬਾਡੀ ਬਣਦੇ ਹੈਗੇ ਨੇ ਤੇ ਦੂਸਰੀ ਹੈਗੇ ਨੇ ਟੀ ਸੈਲ ਇਮਿਊਨਿਟੀ ਟੀ ਸੈਲ ਇਮਿਊਨਿਟੀ ਹੈਗੀ ਆ ਜਿਹੜੀ ਐਕਚੁਲੀ ਸਟਰੋਂਗ ਹੈਗੀ ਆ ਕਰੂਸ਼ਲ ਹੈਗੀ ਆ ਵਾਇਰਸ ਨੂੰ ਤੇ ਉਹ ਮੈਜ਼ਰ ਨਹੀਂ ਕਰਦੇ ਹੈਗੇ ਤੇ ਇਹ ਜਿਹੜੇ 3 ਸਟੱਡੀ ਪਬਲਿਸ਼ ਹੋ ਚੁੱਕੇ ਨੇ ਉਹ US, ਸਵੀਡਨ ਤੇ ਜਰਮਨੀ ਦੇ ਵਿੱਚ ਇਹਨਾਂ ਨੇ ਪਤਾ ਕੀਤਾ ਹੈਗਾ ਵੀ 50-80% ਪਾਪੂਲੇਸ਼ਨ ਕੋਲ ਸਟਰੋਂਗ ਟੀ ਸੈਲ ਇਮਿਊਨਿਟੀ ਬਣ ਚੁੱਕੀ ਹੈਗੀ ਆ ਵਾਇਰਸ ਨੂੰ ਸੋ ਉਹਨਾਂ ਕੋਲ ਵਾਇਰਸ ਦਾ ਕੰਟੈਕਟ ਸੀਗਾ ਉਹਨਾਂ ਨੇ ਟੀ ਸੈਲ ਇਮਿਊਨਿਟੀ ਉਹਨਾਂ ਦੀ ਬਾਡੀ ਨੇ ਫਾਈਟ ਕਰਕੇ ਟੀ ਸੈਲ ਇਮਿਊਨਿਟੀ ਬਣਾ ਚੁੱਕੀ ਹੈਗੀ ਆ ਉਹ ਤੇ ਉਹ ਵਰਲਡ ਹੈਲਥ ਔਰਗਨਾਈਜੇਸ਼ਨ ਤੇ ਆਪਣੀ ਗਵਰਨਮੈਂਟ ਮੈਜ਼ਰ ਨਹੀਂ ਕਰਦੀ ਹੈਗੀ ਸੋ ਜਦੋਂ ਉਹ ਕਹਿੰਦੇ ਨੇ ਵੀ ਆਪਾਂ ਹਰਡ ਇਮਿਊਨਿਟੀ ਤੇ ਆਏ ਨਹੀਂ ਹੈਗੇ ਆਪਾਂ ਨੂੰ ਵੈਕਸੀਨ ਦੀ ਲੋੜ ਹੈਗੀ ਆ ਇਹ ਵੀ ਆਪਾਂ ਨੋਰਮਲ ਤੇ ਨਹੀਂ ਜਾ ਸਕਦੇ ਜਨ ਸ਼ਿਵ ਵੈਕਸੀਨ ਨਹੀਂ ਹੁੰਦੀ ਹੈਗੀ ਇਹ ਸਾਰਾ ਕੁਛ ਸਹੀ ਨਹੀਂ ਹੈਗਾ ਕਿਉਂਕਿ ਆਪਾਂ ਕੋਲ ਸਟਰੋਂਗ ਰੋਬਸਟ ਟੀ ਸੈਲ ਇਮਿਊਨਿਟੀ ਹੈਗੀ ਆ ਤੇ ਆਪਾਂ ਉਹ ਮੈਜ਼ਰ ਨਹੀਂ ਕਰਦੇ ਹੈਗੇ ਤੇ ਜਿਹੜੇ ਸਟੱਡੀ ਆ ਚੁੱਕੇ ਹੈਗੇ ਨੇ ਇਹ ਸਾਰੇ ਕਹਿੰਦੇ ਨੇ ਤੇ ਇਹ ਸਾਰੇ ਸਾਇੰਟਿਸਟ 3 ਕੰਟਰੀਆਂ ਤੋਂ ਹੁਣ ਕਹਿੰਦੇ ਨੇ ਉਹ ਵੀ ਆਪਾਂ ਕਲੋਸਰ ਟੂ ਹਰਡ ਇਮਿਊਨਿਟੀ ਤੇ ਆ ਚੁੱਕੇ ਹੈਗੇ ਆ ਤੇ ਇਹ ਸਾਰੇ ਗਵਰਨਮੈਂਟ ਅੰਡਰ ਐਸਟੀਮੇਟ ਕਰਦੇ ਹੈਗੇ ਅੱਛਾ ਡਾਕਟਰ ਇੱਕ ਗੱਲ ਇਹ ਦੱਸੋ ਵੀ ਮਾਸਕ ਪਾਉਣੇ ਚਾਹੀਦੇ ਆ ਜਾਂ ਨਹੀਂ ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ
ਸੋ ਸਾਇੰਸ ਦੇ ਮੁਤਾਬਿਕ ਸਾਇੰਸ ਜਿਹੜਾ ਦੇਖੀ ਜਾਵੇ ਐਨੂਅਲਸ ਆਫ ਇੰਟਰਨਲ ਮੈਡੀਸਨ ਲੈਂਸਿਟ ਨੇ ਦੋਨਾਂ ਨੇ ਪਬਲਿਸ਼ ਕੀਤੇ ਸੀਗੇ ਸਿਸਟਮੈਟਿਕ ਰਿਵਿਊ ਮਤਲਬ ਜਿਹੜੇ ਸਾਰੇ ਦੁਨੀਆਂ ਦੇ ਵਿੱਚ ਸਟੱਡੀ ਹੈਗੇ ਨੇ ਉਹਨਾਂ ਨੇ ਸਾਰੇ ਸਟੱਡੀਆਂ ਨੂੰ ਦੇਖਿਆ ਸੀਗਾ ਉਹਦੇ ਐਨਾਲਾਈਜ਼ ਕੀਤਾ ਅਤੇ ਉਸ ਦੇ ਮੁਤਾਬਿਕ ਲੋ ਸਰਟਨਟੀ ਸੀਗਾ ਵੀ ਕੋਈ ਬੈਨੀਫਿਟ ਹੈਗਾ ਹੈਲਥੀ ਪੀਪਲਾਂ ਨੂੰ ਮਾਸਕ ਪਾਉਣ ਦੀ ਸੋ ਐਵੀਡੈਂਸ ਸਪੋਰਟ ਨਹੀਂ ਕਰਦੀ ਹੈਗੀ ਸੋ ਗਵਰਨਮੈਂਟ ਰੈਕਮੈਂਡ ਕਰ ਸਕਦੀ ਹੈ ਪਰ ਕਾਫੀ ਡਿਫਰੈਂਸ ਹੈਗਾ ਗਵਰਨਮੈਂਟ ਨੂੰ ਰੈਕਮੈਂਡ ਕਰਨ ਨੂੰ ਜਾਂ ਗਵਰਨਮੈਂਟ ਦਾ ਮੈਂਡੇਟ ਕਰਨ ਨੂੰ ਮਤਲਬ ਲਾਅ ਦੇ ਵਿੱਚ ਪਾਉਣ ਨੂੰ ਵੀ ਇਹ ਤੁਹਾਨੂੰ ਕਰਨਾ ਪੈਣਾ ਜਦੋਂ ਐਵੀਡੈਂਸ ਹੈ ਨਹੀਂ ਸਪੋਰਟ ਕਰਨ ਨੂੰ ਸੋ ਸਾਇੰਸ ਵਿੱਚ ਐਵੀਡੈਂਸ ਹੈ ਨਹੀਂ ਸਪੋਰਟ ਕਰਨ ਨੂੰ ਜਿਹੜੇ ਉਹ ਕੋਟ ਕਰਦੇ ਹੈਗੇ ਨੇ ਸਟੱਡੀਜ਼ ਉਹ ਆਬਜ਼ਰਵੇਸ਼ਨਲ ਸਟੱਡੀਜ਼ ਹੈਗੇ ਨੇ ਜਿਹੜੇ ਵੈਰੀ ਲੋਅ ਕੁਆਲਿਟੀ ਡੇਟਾ ਹੈਗੇ ਨੇ ਪਰ ਇਹ ਆਪਾਂ ਨੂੰ ਇਹ ਪਤਾ ਹੈਗਾ ਤਿੰਨ ਚੀਜ਼ਾਂ ਦੇ ਨਾਲ ਇਹ ਵਾਇਰਸ ਸਪਰੈਡ ਘੱਟਦੀ ਹੈਗੀ ਆ ਤਾਂ ਦੇਖੋ ਗੌਰਮੈਂਟ ਕੋਲ ਐਵੀਡੈਂਸ ਹੋਵੇ ਨਾ ਹੋਵੇ ਲੇਕਿਨ ਬਹੁਤ ਸਾਰੇ ਜਿਹੜੇ ਸਾਡੇ ਇੱਥੇ ਵੀ ਮੈਡੀਕਲ ਪ੍ਰੋਫੈਸ਼ਨਲਸ ਨੇ ਉਹਨਾਂ ਦਾ ਇਹ ਮੰਨਣਾ ਕਿ ਇਹ ਮਾਸਕ ਪਾਉਣ ਦੇ ਨਾਲ ਜਿਹੜਾ ਵਾਇਰਸ ਅੰਦਰ ਜਾਣ ਤੋਂ ਰੁਕ ਸਕਦਾ ਹੈ ਹਾਂਜੀ ਉਹ ਤੁਸੀਂ ਉਹ ਉਹਨਾਂ ਦੀ ਉਹਨਾਂ ਦਾ ਓਪੀਨੀਅਨ ਹੈਗਾ ਉਹ ਜਿੱਦਾਂ ਮੈਂ ਵੀ ਓਪੀਨੀਅਨ ਦੇ ਸਕਦੀ ਹਾਂ ਪਰ ਮੈਂ ਵੀ ਮੇਰਾ ਹੁਣ ਓਪੀਨੀਅਨ ਨਹੀਂ ਦਿੰਦੀ ਹੈਗੀ ਮੈਂ ਇਕੱਲਾ ਕਹਿਦੀ ਹਾਂ ਵੀ ਸਾਇੰਸ ਆਪਾਂ ਨੂੰ ਕੀ ਕਹਿਦਾ ਹੈਗਾ ਤੁਹਾਡੀ ਓਪੀਨੀਅਨ ਕੀ ਹੈ ਜੀ ਮੇਰੇ ਕੋਲ ਤਾਂ ਕੋਈ ਓਪੀਨੀਅਨ ਨਹੀਂ ਹੈਗਾ ਮੈਂ ਸਿਰਫ ਸਾਇੰਸ ਨੂੰ ਦੇਖ ਕੇ ਸਾਇੰਸ ਦਾ ਗਾਈਡੈਂਸ ਲੈਂਦੀ ਹੈਗੀ ਹਾਂ ਸੋ ਸਾਇੰਸ ਦੇ ਮੁਤਾਬਿਕ ਜਿਹੜੇ ਤੁਸੀਂ ਪਬਲਿਸ਼ ਜਿਹੜੇ ਸਾਰੀਆਂ ਸਟੱਡੀਜ਼ ਜਿਹੜੇ ਪਹਿਲਾਂ ਵੀ ਸਾਰਸ ਦੇ ਪਹਿਲਾਂ ਉਹ ਸਾਰੀਆਂ ਰਿਸਪਾਇਰਟਰੀ ਵਾਇਰਸ ਸੀ ਅਤੇ ਫਿਰ ਹੁਣ ਕੋਵਿਡ ਦੇ 19 ਦੇ ਮੁਤਾਬਿਕ ਫਾਲਸ ਸੈਂਸ ਆਫ ਸਿਕਿਉਰਿਟੀ ਦਿੱਤਾ ਜਾਂਦਾ ਹੈਗਾ ਇਹ ਜਿਹੜਾ ਉਹ ਮਾਸਕ ਪਾਈ ਜਾਏ ਅਤੇ ਇੱਕ ਸੀਗਾ ਪਬਲਿਕ ਹੈਲਥ ਆਫਿਸਰ ਇੱਥੇ ਆਨਟੇਰੀਓ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਕਾਹਤੇ ਮਾਸਕ ਪਾਉਣ ਉਹ ਵੀ ਫਿਰ ਉਹਨਾਂ ਨੂੰ ਲੱਗੇ ਉਹ ਵੀ ਉਹਦੇ ਨਾਲ ਫਰਕ ਪੈਂਦਾ ਹੈਗਾ ਜਦੋਂ ਨਹੀਂ ਫਰਕ ਪੈਂਦਾ ਤੇ ਪੋਲੀਟੀਸ਼ੀਅਨਸ ਨੇ ਵੀ ਆਨਟੇਰੀਓ ਦੇ ਵਿੱਚ ਜਿਹੜੇ ਸਿਰੀਆ ਦੇ ਵਿੱਚ ਉਹਨਾਂ ਨੇ ਉਹ ਮੈਂਡੇਟੋਰੀ ਕੀਤਾ ਹੈਗਾ ਉੱਥੇ ਦੇ ਮੇਅਰਾਂ ਨੇ ਵੀ ਐਡਮਿਟ ਕੀਤਾ ਹੈਗਾ ਵੀ ਉਹਨਾਂ ਨੇ ਪਬਲਿਕ ਪੋਲੀਟੀਕਲ ਪੋਲਿੰਗ ਕੀਤੀ ਸੀਗੀ ਸਰਵੇ ਕੀਤੇ ਸੀਗੇ ਪਬਲਿਕ ਓਪੀਨੀਅਨ ਸੋ ਉਹਨਾਂ ਨੇ ਵੀ ਆਪ ਐਡਮਿਟ ਕੀਤਾ ਹੈਗਾ ਉਹਨਾਂ ਨੇ ਸਾਇੰਸ ਦੇ ਮੁਤਾਬਿਕ ਨਹੀਂ ਡਿਸੀਜਨ ਬਣਾਈ ਹੈਗੀ ਉਹਨਾਂ ਨੇ ਪਬਲਿਕ ਓਪੀਨੀਅਨ ਪੋਲੀਟੀਕਲ ਪੋਲਿੰਗ ਦੇ ਨਾਲ ਡਿਸੀਜਨ ਬਣਾਈ ਹੈਗੀ ਡਾਕਟਰ ਅਖੀਰ ਦੇ ਵਿੱਚ ਕੀ ਕਹਿਣਾ ਚਾਹੋਗੇ ਤੁਸੀਂ ਸਾਡੇ ਸੁਣ ਵਾਲਿਆਂ ਨੂੰ ਕਿਤੇ ਇਹ ਹੈਗਾ ਵੀ ਕਾਫੀ ਪੋਜ਼ਿਟਿਵ ਰੀਅਸ਼ੋਰਿੰਗ ਡੇਟਾ ਆਉਂਦਾ ਹੈਗਾ ਜਿੰਨੀ ਮੀਡੀਆ ਡਰਾਉਂਦੀ ਹੈਗੀ ਆ ਓਨੀ ਡਰਨ ਦੀ ਗੱਲ ਨਹੀਂ ਹੈਗੀ ਹੁਣ ਜਿਹੜੇ ਤਿੰਨ ਚੀਜ਼ਾਂ ਆਪਾਂ ਨੂੰ ਪਤਾ ਹੈਗੀਆਂ ਨੇ ਕੰਮ ਹੁੰਦੀਆਂ ਨੇ ਉਹ ਤਿੰਨ ਚੀਜ਼ਾਂ ਕਰੀ ਜਾਵੋ ਜਿਹੜਾ ਹੱਥਾਂ ਨੂੰ ਧੋਣ ਨੂੰ ਗਰਮ ਪਾਣੀ ਸਾਬਣ ਦੇ ਨਾਲ ਐਟਲੀਸਟ 20 ਸਕਿੰਟ ਦੇ ਲਈ ਜੇ ਖਾਂਸੀ ਕਰਦੇ ਹੋ ਉਹ ਜਾਂ ਸਨੀਜ਼ ਕਰਦੇ ਹੋ ਵੀ ਆਪਣੀ ਸਲੀਵ ਦੇ ਵਿੱਚ ਕਰੋ ਉਹ ਤੇ ਆਪਣੇ ਫੇਸ ਨੂੰ ਨਾ ਟੱਚ ਕਰੋ ਕਿਉਂਕਿ ਆਪਾਂ ਨੂੰ ਇਹ ਪਤਾ ਹੈਗਾ ਵਾਇਰਸ ਮਿਊਕਸ ਮੈਂਬਰੇਨ ਦੇ ਥਾਈ ਜਾਂਦੀ ਹੈਗੀ ਆ ਮੋਸਟਲੀ ਅੱਖਾਂ ਦੇ ਵਿੱਚ ਉਹ ਜਾਂ ਨੱਕਾਂ ਦੇ ਥਾਈ ਸੋ ਇਹ ਸਾਰੀਆਂ ਚੀਜ਼ਾਂ ਇੰਪੋਰਟੈਂਟ ਹੈਗੀਆਂ ਨੇ ਕਾਨੂੰ ਇਹਦੇ ਨਾਲ ਆਪਾਂ ਨੂੰ ਪਤਾ ਹੈਗਾ ਵੀ ਇਹ ਚੀਜ਼ਾਂ ਦੇ ਨਾਲ ਵਾਇਰਸ ਇਨਐਕਟੀਵੇਟ ਹੋ ਜਾਂਦੀ ਹੈਗੀ ਆ ਅਤੇ ਨਾਲ ਉਹ ਵਾਇਰਸ ਦਾ ਟ੍ਰਾਂਸਮਿਸ਼ਨ ਘੱਟਦਾ ਹੁੰਦਾ ਜਾਂਦਾ ਪਰ ਸਾਇੰਸ ਦੇ ਮੁਤਾਬਿਕ ਕਾਫੀ ਰੀਅਸ਼ੋਰਿੰਗ ਡੇਟਾ ਹੁੰਦਾ ਹੈਗਾ ਵੀ ਕਾਫੀ ਆਪਣੀ ਪਾਪੂਲੇਸ਼ਨ ਕੋਲ ਆਲਰੇਡੀ ਇਮਿਊਨਿਟੀ ਬਣ ਚੁੱਕੀ ਹੈਗੀ ਆ ਤੇ ਆਪਾਂ ਨੂੰ ਇਹ ਪਤਾ ਨਹੀਂ ਹੈਗਾ ਤਾਂ ਹੀ ਜਿਹੜੇ ਵੱਡੇ ਗੈਦਰਿੰਗ ਹੋ ਚੁੱਕੇ ਹੈਗੇ ਨੇ ਇੱਥੇ ਆਨਟੇਰੀਓ ਦੇ ਵਿੱਚ ਵੀ ਕੈਨੇਡਾ ਦੇ ਵਿੱਚ ਵੀ ਜਿਹੜੇ ਬਲੈਕ ਲਾਈਵਸ ਮੈਟਰ ਪ੍ਰੋਟੈਸਟ ਹੋ ਚੁੱਕੇ ਨੇ ਪਬਲਿਕ ਹੈਲਥ ਆਫਿਸਰ ਕੈਨੇਡਾ ਨੇ ਵੀ ਕਿਹਾ ਸੀਗਾ ਵੀ ਉਸ ਦੇ ਮੁਤਾਬਿਕ ਕੋਈ ਕੇਸ ਰਿਪੋਰਟ ਨਹੀਂ ਆਈ ਹੈਗੀ ਕੋਵਿਡ-19 ਦੀ ਆਨਟੇਰੀਓ ਦੇ ਵਿੱਚ ਵੀ ਕਈ ਹੋਰ ਪ੍ਰੋਟੈਸਟ ਵੀ ਹੋਏ ਸੀਗੇ ਪਾਰਕਾਂ ਦੇ ਵਿੱਚ ਗੈਦਰਿੰਗ ਹਜ਼ਾਰ ਲੋਕਾਂ ਦੀ ਹੋਈ ਸੀਗੀ ਉਸ ਦੇ ਮੁਤਾਬਿਕ ਇੱਥੇ ਪਬਲਿਕ ਹੈਲਥ ਨੇ ਵੀ ਕਿਹਾ ਹੈਗਾ ਵੀ ਕੋਈ ਐਵੀਡੈਂਸ ਨਹੀਂ ਹੈਗਾ ਵੀ ਉਹਦੇ ਨਾਲ ਉਹ ਵੀ ਕੋਈ ਸਪਰੈਡ ਹੋਇਆ ਹੈਗਾ ਆਪਾਂ ਨੂੰ ਇਹ ਪਤਾ ਹੈਗਾ ਵੀ ਕਲੋਜ਼ਡ ਸਪੇਸ ਦੇ ਵਿੱਚ ਉਹ ਜ਼ਿਆਦਾ ਹੈਗਾ ਸੋ ਹੁਣ ਗਰਮੀਆਂ ਦੇ ਮੌਸਮ ਦੇ ਵਿੱਚ ਬਾਹਰ ਜਾਵੋ ਉਹ ਜਿੱਥੇ ਵਾਇਰਸ ਐਕਚੁਲੀ ਉਹ ਯੂਵੀ ਉਹ ਲਾਈਟ ਦੇ ਨਾਲ ਪ੍ਰੋਟੈਕਸ਼ਨ ਹੁੰਦਾ ਹੈਗਾ
ਕਿਉਂਕਿ ਆਪਣੇ ਮੈਂਟਲ ਹੈਲਥ ਦੇ ਲਈ ਵੀ ਹੈਗਾ ਇੰਪੋਰਟੈਂਟ ਵੀ ਬਾਹਰ ਜਾਵੋ, ਜਿਹੜਾ ਸਮਰ ਦੀ ਸਨਸ਼ਾਈਨ ਹੈਗੀ ਆ ਇੰਜੋਏ ਕਰੋ, ਕਿਉਂਕਿ ਅੰਨੇ ਅੰਨੇ ਮਹੀਨੇ ਹੁਣ ਲੋਕਡਾਊਨ ਦੇ ਵਿੱਚ ਕਨੇਡੀਅਨਸ ਰਹੇ ਸੀਗੇ, ਹੁਣ ਆਪਾਂ ਨੂੰ ਥੋੜ੍ਹੀ ਜਿਹੀ ਸਟੈਪਸ ਹੁਣ ਆਪਾਂ ਨੂੰ ਲੈਣੇ ਪੈਣੇ ਆ ਰਿਟਰਨ ਟੂ ਨੋਰਮਲ। ਡਾਕਟਰ ਥੈਂਕ ਯੂ। ਨੋ ਪ੍ਰੋਬਲਮ, ਥੈਂਕ ਯੂ ਫੋਰ ਹੈਵਿੰਗ ਮੀ। ਡਾਕਟਰ ਕੁਲਵਿੰਦਰ ਕੌਰ ਗਿੱਲ ਟੋਰਾਂਟੋ ਤੋਂ ਗੱਲਬਾਤ ਕਰ ਰਹੇ ਸਨ। Thank you for listening to another Red FM podcast. Don't forget to hit subscribe and check out our Red FM Canada YouTube channel. For further info, log on to our Red FM social media platforms or visit redfm.ca.